ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਇੱਕ ਗੱਲ ਵੀ ਵਿੱਚੋਂ ਰਹਿ ਜਾਵੇ ਤਾਂ ਫਿਰ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਦੇ ਨਾਲ ਜਿਉਣ ਦੀ। ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਦੂਰ ਕਰਕੇ ਕਿੰਝ ਆਪਣੀ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰ ਬਣਾਇਆ ਜਾ ਸਕਦਾ ਹੈ, ਆਪਣੀ ਜ਼ਿੰਦਗੀ ਨੂੰ ਕਿੰਝ ਸੋਹਣੇ ਤਰੀਕੇ ਦੇ ਨਾਲ ਜੀਆ ਜਾ ਸਕਦਾ ਹੈ, ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ। ਤਾਂ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਉਣ ਦੇ ਲਈ, ਸੋਹਣੇ ਤਰੀਕੇ ਦੇ ਨਾਲ ਜਿਉਣ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਖਾਸ ਲੋੜ ਆ। ਤਾਂ ਇਹ ਤਿੰਨ ਚੀਜ਼ਾਂ ਸਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਆ, ਇਹਨਾਂ ਤਿੰਨਾਂ ਤੋਂ ਬਿਨਾਂ ਗੱਡੀ ਨਹੀਂ ਚੱਲਦੀ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਵੀ ਘੱਟ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਇਹ ਤਿੰਨੇ ਚੀਜ਼ਾਂ ਸਾਡੇ ਕੋਲ ਹੋਣ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ। ਤਾਂ ਇਹ ਤਿੰਨ ਚੀਜ਼ਾਂ ਦੇ ਵਿੱਚੋਂ ਪਹਿਲੀ ਚੀਜ਼ ਆ ਸਾਡੇ ਸਰੀਰ ਦੀ ਤੰਦਰੁਸਤੀ, ਦੂਸਰਾ ਹੈ ਸਾਡੇ ਮਨ ਦੀ ਖੁਸ਼ੀ, ਅਤੇ ਤੀਸਰਾ ਹੈ ਸਾਡੇ ਕੋਲ ਪੈਸਾ। ਸਾਡੇ ਕੋਲ ਇੰਨਾ ਕੁ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਅਸੀਂ ਆਪਣੀਆਂ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੀਏ। ਸਾਡੇ ਘਰ ਦੇ ਵਿੱਚ ਕੋਈ ਵੀ ਆਸ ਰੱਖ ਕੇ ਆਇਆ ਹੈ, ਕੋਈ ਲੋੜਵੰਦ ਆਇਆ ਹੈ, ਅਸੀਂ ਉਹਦੀ ਮਦਦ ਕਰ ਸਕੀਏ। ਜਾਂ ਫਿਰ ਜੇ ਸਾਨੂੰ ਅਚਾਨਕ ਪੈਸੇ ਦੀ ਲੋੜ ਪੈ ਗਈ ਆ, ਕੋਈ ਅਚਾਨਕ ਹੀ ਖਰਚਾ ਨਿਕਲ ਆਇਆ ਹੈ, ਤਾਂ ਉਹ ਖਰਚੇ ਨੂੰ ਅਸੀਂ ਆਪਣੇ ਘਰੋਂ ਹੀ ਪੂਰਾ ਕਰ ਪਾਈਏ। ਜਾਂ ਫਿਰ ਜੇ ਸਾਨੂੰ ਕਿਸੇ ਤੋਂ ਉਧਾਰ ਫੜ ਕੇ ਉਹ ਖਰਚਾ ਕਰਨਾ ਪਿਆ ਹੈ, ਤਾਂ ਉਸ ਉਧਾਰ ਚੁੱਕੇ ਹੋਏ ਪੈਸੇ ਨੂੰ ਅਸੀਂ ਜਲਦ ਮੋੜ ਦਿੰਦੇ ਹਾਂ, ਤਾਂ ਇਹਦਾ ਮਤਲਬ ਅਸੀਂ ਵੀ ਦੁਨੀਆ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਿਲ ਹਾਂ। ਫਿਰ ਆਪਣੇ ਆਪ ਨੂੰ ਕਦੇ ਵੀ ਗਰੀਬ ਨਾ ਕਹੋ, ਕਿਉਂਕਿ ਜਿਸ ਬੰਦੇ ਦੀ ਆਈ ਚਲਾਈ ਚੱਲ ਰਹੀ ਆ ਉਹਨੂੰ ਹੋਰ ਕੀ ਚਾਹੀਦਾ ਹੈ। ਅਮੀਰ ਹੋਣ ਦੇ ਲਈ ਕੋਈ ਬੈਂਕਾਂ ਦੇ ਵਿੱਚ ਬਹੁਤਾ ਪੈਸਾ ਜ਼ਰੂਰੀ ਨਹੀਂ ਆ। ਬਹੁਤਾ ਪੈਸਾ ਤਾਂ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਮੁਸ਼ਕਲਾਂ ਲੈ ਕੇ ਆਉਂਦਾ ਹੈ, ਕਈ ਤਰ੍ਹਾਂ ਦੇ ਬੋਝ ਲੈ ਕੇ ਆਉਂਦਾ ਹੈ। ਸੋ ਜੇਕਰ ਸਾਡੇ ਘਰ ਇੰਨਾ ਕੁ ਪੈਸਾ ਹੈ ਜਿਹਦੇ ਨਾਲ ਅਸੀਂ ਆਪਣੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਪਾਉਂਦੇ ਹਾਂ, ਕਿਸੇ ਦੀ ਮਦਦ ਕਰ ਪਾਉਂਦੇ ਹਾਂ, ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ। ਅਤੇ ਇਹ ਤਿੰਨੇ ਚੀਜ਼ਾਂ ਸਾਨੂੰ ਖੁਦ ਦੇ ਲਈ ਖੁਦ ਪ੍ਰਾਪਤ ਕਰਨੀਆਂ ਪੈਂਦੀਆਂ ਨੇ, ਕੋਈ ਵੀ ਦੂਸਰਾ ਮਨੁੱਖ ਸਾਨੂੰ ਇਹ ਤਿੰਨਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਚੀਜ਼ ਨਹੀਂ ਦੇ ਸਕਦਾ। ਨਾ ਸਾਨੂੰ ਕੋਈ ਤੰਦਰੁਸਤੀ ਦੇ ਸਕਦਾ ਹੈ, ਨਾ ਹੀ ਸਾਨੂੰ ਕੋਈ ਖੁਸ਼ ਕਰ ਸਕਦਾ ਹੈ, ਅਤੇ ਨਾ ਹੀ ਸਾਨੂੰ ਉਮਰ ਭਰ ਦੇ ਲਈ ਕੋਈ ਪੈਸਾ ਦੇ ਸਕਦਾ ਹੈ। ਦੁਨੀਆਂ ਦੇ ਉੱਤੇ ਕੋਈ ਐਸਾ ਡਾਕਟਰ ਨਹੀਂ ਬਣਿਆ ਜੋ ਸਾਨੂੰ ਸਦਾ ਤੰਦਰੁਸਤ ਰੱਖ ਸਕੇ, ਕੋਈ ਐਸੀ ਦਵਾਈ ਨਹੀਂ ਬਣੀ ਜੋ ਸਾਡੇ ਦੁੱਖ ਰੋਗ ਨੂੰ ਠੀਕ ਕਰ ਦੇਵੇ। ਪਰ ਹਾਂ, ਜੇਕਰ ਇਨਸਾਨ ਖੁਦ ਚਾਹੇ ਤਾਂ ਉਹ ਸਦਾ ਤੰਦਰੁਸਤ ਰਹਿ ਸਕਦਾ ਹੈ। ਜੇ ਬੰਦਾ ਖੁਦ ਕੋਸ਼ਿਸ਼ ਕਰੇ ਤਾਂ ਉਹ ਵੱਡੇ ਤੋਂ ਵੱਡੇ ਦੁੱਖ ਰੋਗ ਦੇ ਵਿੱਚੋਂ ਵੀ ਬਾਹਰ ਆ ਸਕਦਾ ਹੈ। ਉਸੇ ਹੀ ਤਰ੍ਹਾਂ ਜੇਕਰ ਅਸੀਂ ਖੁਦ ਚਾਹੀਏ ਤਾਂ ਖੁਸ਼ ਰਹਿ ਸਕਦੇ ਹਾਂ, ਕੋਈ ਦੂਸਰਾ ਇਨਸਾਨ ਸਾਨੂੰ ਖੁਸ਼ ਨਹੀਂ ਕਰ ਸਕਦਾ, ਨਾ ਹੀ ਦੁਨੀਆਂ ਦੀ ਕੋਈ ਐਸੀ ਵਸਤੂ ਬਣੀ ਆ ਜੋ ਸਾਨੂੰ ਖੁਸ਼ ਕਰ ਦੇਵੇ। ਜਿਹੜਾ ਬੰਦਾ ਅੰਦਰੋਂ ਦੁਖੀ ਆ, ਅੰਦਰੋਂ ਪਰੇਸ਼ਾਨ ਆ ਨਾ, ਉਹਦੇ ਲਈ ਕੋਈ ਜਿੰਨਾ ਮਰਜ਼ੀ ਕਰ ਲਵੇ ਉਹਨੇ ਉਹਦੇ ਵਿੱਚੋਂ ਵੀ ਕਮੀ ਕੱਢ ਹੀ ਦੇਣੀ ਆ। ਕਮੀ ਕੱਢ ਕੇ ਆਪ ਵੀ ਦੁਖੀ ਹੋਵੇਗਾ ਅਤੇ ਉਸ ਬੰਦੇ ਨੂੰ ਵੀ ਦੁਖੀ ਕਰੇਗਾ ਜਿਹਨੇ ਤੁਹਾਡੇ ਲਈ ਇੰਨਾ ਕੁਝ ਕੀਤਾ। ਕਿਉਂਕਿ ਮਨ ਪੱਖੋਂ ਕਮਜ਼ੋਰ ਬੰਦਾ ਕਦੇ ਵੀ ਨਾ ਤਾਂ ਆਪ ਖੁਸ਼ ਰਹਿ ਪਾਉਂਦਾ ਹੈ, ਨਾ ਹੀ ਕਿਸੇ ਨੂੰ ਖੁਸ਼ੀ ਦੇ ਸਕਦਾ ਹੈ। ਅਤੇ ਉਸੇ ਹੀ ਤਰ੍ਹਾਂ
ਪੈਸਾ ਪੈਸਾ ਵੀ ਸਾਨੂੰ ਆਪਣੇ ਲਈ ਆਪ ਕਮਾਉਣਾ ਪੈਂਦਾ ਹੈ। ਕੋਈ ਵੀ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਇੱਕ ਹੱਦ ਤੱਕ ਸਾਡਾ ਸਾਥ ਦੇ ਸਕਦੇ ਆ, ਕਿਸੇ ਇੱਕ ਹੱਦ ਤੱਕ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ। ਉਮਰ ਭਰ ਦੇ ਲਈ ਸਾਡੇ ਕੋਈ ਵੀ ਖਰਚੇ ਨਹੀਂ ਚੁੱਕ ਸਕਦਾ, ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ। ਪੈਸਾ ਕਮਾਉਣ ਦੇ ਲਈ ਸਾਨੂੰ ਖੁਦ ਆਪਣੇ ਹੱਥੀਂ ਮਿਹਨਤ ਕਰਨੀ ਪਵੇਗੀ। ਜਿੰਨੀ ਮਿਹਨਤ ਕਰਾਂਗੇ ਓਨਾ ਹੀ ਪੈਸਾ ਘਰ ਦੇ ਵਿੱਚ ਆਵੇਗਾ, ਅਤੇ ਜਿੰਨਾ ਹੀ ਉਸ ਪੈਸੇ ਨੂੰ ਸਮਝਦਾਰੀ ਦੇ ਨਾਲ ਵਰਤਾਂਗੇ ਓਨਾ ਹੀ ਸਾਡੇ ਘਰ ਦੇ ਵਿੱਚ ਪੈਸੇ ਪੱਖੋਂ ਬਰਕਤ ਬਣੀ ਰਹੇਗੀ। ਸੋ ਮੁੱਕਦੀ ਗੱਲ ਇਹ ਹੈ ਵੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਉਣ ਦੇ ਲਈ ਇਹ ਤਿੰਨ ਚੀਜ਼ਾਂ ਸਾਡੇ ਲਈ ਹੋਣੀਆਂ ਬਹੁਤ ਜ਼ਰੂਰੀ ਨੇ, ਅਤੇ ਇਹ ਤਿੰਨੇ ਚੀਜ਼ਾਂ ਸਾਨੂੰ ਖੁਦ ਨੂੰ ਪ੍ਰਾਪਤ ਕਰਨੀਆਂ ਪੈਣੀਆਂ ਨੇ। ਅਤੇ ਜੇਕਰ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਆਸਾਨੀ ਦੇ ਨਾਲ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਫਿਰ ਉਹਦੇ ਲਈ ਸਾਨੂੰ ਇਹ ਨੁਕਤਾ ਅਪਣਾਉਣਾ ਪਵੇਗਾ। ਇਹ ਨੁਕਤਾ ਕਿਹੜਾ ਹੈ? ਆਪਣੇ ਮਨ ਨੂੰ ਅੱਗੇ ਰੱਖਣਾ। ਇਹ ਤਿੰਨੇ ਚੀਜ਼ਾਂ ਦੇ ਵਿੱਚੋਂ ਪਹਿਲ ਅਸੀਂ ਮਨ ਨੂੰ ਦੇਣੀ ਹੈ। ਮਨ ਦਾ ਖਿਆਲ ਸਭ ਤੋਂ ਜ਼ਿਆਦਾ ਰੱਖਣਾ ਹੈ। ਪਹਿਲਾਂ ਆਪਣੇ ਮਨ ਨੂੰ ਮਜ਼ਬੂਤ ਕਰੀਏ, ਮਨ ਨੂੰ ਚੜ੍ਹਦੀ ਕਲਾ ਦੇ ਨਾਲ, ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰੀਏ, ਕਿਉਂਕਿ ਜਿੰਨਾ ਹੀ ਸਾਡਾ ਮਨ ਸ਼ਾਂਤ ਰਹੇਗਾ, ਖੁਸ਼ ਰਹੇਗਾ, ਚੜ੍ਹਦੀ ਕਲਾ ਦੇ ਵਿੱਚ ਰਹੇਗਾ, ਓਨਾ ਹੀ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਸਫਲ ਹੋਵਾਂਗੇ। ਪਰ ਜੇਕਰ ਸਾਡਾ ਮਨ ਉਦਾਸ ਆ, ਕਿਸੇ ਗੱਲੋਂ ਪਰੇਸ਼ਾਨ ਆ, ਕਿਸੇ ਗੱਲੋਂ ਸਟ੍ਰੈਸ ਵਿੱਚ ਆ, ਤਾਂ ਫਿਰ ਇਹ ਸਟ੍ਰੈਸ ਦਾ, ਚਿੰਤਾ ਦਾ ਅਸਰ ਸਾਡੇ ਤਨ 'ਤੇ ਵੀ ਪੈਣਾ ਹੈ। ਜਿਹੜਾ ਬੰਦਾ ਮਨ ਕਰਕੇ ਦੁਖੀ ਹੁੰਦਾ ਹੈ ਨਾ, ਉਹ ਤਨ ਕਰਕੇ ਵੀ ਆਪਣੇ ਕੰਮ ਕਾਰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦਾ। ਪਹਿਲੀ ਗੱਲ ਤਾਂ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਜੇ ਕੰਮ ਕਰਨ ਵੀ ਲੱਗ ਜਾਵੇ ਤਾਂ ਉਹ ਪੂਰੀ ਮਿਹਨਤ ਦੇ ਨਾਲ ਉਸ ਕੰਮ ਨੂੰ ਨਹੀਂ ਕਰ ਪਾਉਂਦਾ, ਕਿਉਂਕਿ ਮਨ ਕਰਕੇ ਹੀ ਸਾਡਾ ਤਨ ਆ, ਅਤੇ ਤਨ ਕਰਕੇ ਸਾਡੇ ਕੰਮ ਧੰਦੇ ਨੇ। ਜੇ ਮਨ ਖੁਸ਼ ਆ ਤਾਂ ਬੰਦੇ ਦਾ ਤਨ ਵੀ ਤੰਦਰੁਸਤ ਨਰਵਾ ਰਹਿੰਦਾ ਹੈ, ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ। ਪਰ ਜੇ ਮਨ ਨੂੰ ਕੋਈ ਦੁੱਖ ਰੋਗ ਲੱਗਾ ਹੈ, ਕੋਈ ਚਿੰਤਾ ਲੱਗੀ ਆ, ਤਾਂ ਸਰੀਰ ਭਾਵੇਂ ਤੰਦਰੁਸਤ ਹੋਵੇ ਪਰ ਸਰੀਰ ਸਾਥ ਨਹੀਂ ਦਿੰਦਾ, ਸਰੀਰ ਆਪਣੇ ਆਪ ਨੂੰ ਕਮਜ਼ੋਰ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਜਦੋਂ ਤਨ ਅਤੇ ਮਨ ਦੋਵੇਂ ਹੀ ਫਿਰ ਕਮਜ਼ੋਰ ਹੋ ਜਾਣ, ਤਾਂ ਫਿਰ ਆਪਾਂ ਕੋਈ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ। ਸੋ ਮੁੱਕਦੀ ਗੱਲ ਇਹ ਹੈ ਕਿ ਜੇਕਰ ਹਰ ਕੰਮ ਦੇ ਵਿੱਚ ਸਾਨੂੰ ਸਫਲਤਾ ਚਾਹੀਦੀ ਆ, ਤਾਂ ਤਨ ਅਤੇ ਮਨ ਦੋਵਾਂ ਦਾ ਖਿਆਲ ਰੱਖਣਾ ਪੈਣਾ ਹੈ। ਪਹਿਲ ਆਪਾਂ ਆਪਣੇ ਮਨ ਨੂੰ ਦੇਣੀ ਆ। ਬਹੁਤੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਜੇਕਰ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਾਂ, ਬਹੁਤ ਸਾਰਾ ਪੈਸਾ ਕਮਾ ਲਵਾਂ, ਤਾਂ ਮੈਂ ਸੁਖੀ ਹੋ ਜਾਵਾਂਗਾ। ਤਾਂ ਉਹ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਆਪਣੇ ਤਨ ਅਤੇ ਮਨ ਦਾ ਖਿਆਲ ਹੀ ਨਹੀਂ ਰੱਖਦੇ। ਤਨ ਮਨ ਦੋਵਾਂ ਦੇ ਨਾਲ ਧੱਕਾ ਕਰਦੇ ਰਹਿੰਦੇ ਨੇ। ਨਤੀਜਾ ਕੀ ਨਿਕਲਦਾ ਹੈ? ਪੈਸਾ ਤਾਂ ਕੋਲ ਆ ਗਿਆ, ਪਰ ਸਰੀਰ ਦੀ ਤੰਦਰੁਸਤੀ ਵੀ ਗਵਾ ਲਈ, ਮਨ ਦੀ ਖੁਸ਼ੀ ਵੀ ਗਵਾ ਲਈ, ਫਿਰ ਉਹ ਪੈਸਾ ਕਿਸ ਕੰਮ ਆਇਆ? ਪਰ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਕਮਾਇਆ ਹੋਇਆ ਧਨ, ਸਾਡਾ ਕਮਾਇਆ ਹੋਇਆ ਪੈਸਾ ਸਹੀ ਜਗ੍ਹਾ 'ਤੇ ਲੱਗੇ, ਅਸੀਂ ਆਪਣੀ ਖੁਸ਼ੀ ਦੇ ਲਈ ਵਰਤੀਏ, ਤਾਂ ਫਿਰ ਸਾਨੂੰ ਆਪਣੇ ਮਨ ਦਾ ਖਿਆਲ ਰੱਖਣਾ ਹੀ ਪਵੇਗਾ। ਮਨ ਦਾ ਖਿਆਲ ਆਪਾਂ ਕਿੰਝ ਰੱਖ ਸਕਦੇ ਹਾਂ? ਇਹਨੂੰ ਮਾੜੀ ਸੰਗਤ ਤੋਂ ਬਚਾ ਕੇ, ਇਹਨੂੰ ਨੈਗੇਟਿਵਿਟੀ ਤੋਂ ਦੂਰ ਰੱਖ ਕੇ, ਇਹਦੇ ਵਿੱਚ ਪੋਜ਼ਿਟਿਵ ਵਿਚਾਰ ਭਰ ਕੇ, ਇਹਦੇ ਵਿੱਚ ਗੁਰੂ ਦਾ ਗਿਆਨ ਭਰ ਕੇ, ਅਸੀਂ ਆਪਣੇ ਮਨ ਨੂੰ ਤੰਦਰੁਸਤ ਨਰੋਆ ਬਣਾ ਸਕਦੇ ਹਾਂ। ਕਿਸੇ ਵੀ ਪ੍ਰਕਾਰ ਦਾ ਕੋਈ ਬੋਝ, ਚਿੰਤਾ, ਪਰੇਸ਼ਾਨੀ ਹੋਵੇ ਤਾਂ ਉਹਦੇ ਬਾਰੇ ਵਾਰ ਵਾਰ ਨਹੀਂ ਸੋਚਦੇ ਰਹਿਣਾ, ਕਿਉਂਕਿ ਜਿੰਨਾ ਹੀ ਅਸੀਂ ਜ਼ਿਆਦਾ ਸੋਚਦੇ ਹਾਂ ਓਨਾ ਹੀ ਅਸੀਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਵੱਡੀਆਂ ਬਣਾ ਲੈਂਦੇ ਹਾਂ। ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਰੋਗ ਆ ਗਿਆ ਹੈ ਨਾ, ਉਹਦੇ ਹੱਲ ਬਾਰੇ ਸੋਚਣਾ ਹੈ। ਕਦੇ ਵੀ ਇਹ ਨਾ ਸੋਚੋ ਕਿ ਬਸ ਹੁਣ ਕੁਝ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ ਹੈ। ਦੁਨੀਆਂ ਦੇ ਉੱਤੇ ਐਸਾ ਕੋਈ ਸਵਾਲ ਨਹੀਂ ਬਣਿਆ ਜਿਹਦਾ ਜਵਾਬ ਨਾ ਹੋਵੇ। ਦੁਨੀਆਂ ਦੇ ਉੱਤੇ ਐਸੀ ਕੋਈ ਵੀ ਮੁਸੀਬਤ ਨਹੀਂ ਹੈ ਜਿਹਦਾ ਆਪਾਂ
ਹੱਲ ਨਾ ਕਰ ਸਕੀਏ। ਬਸ ਸਾਨੂੰ ਆਪਣੇ ਆਪ ਦੇ ਉੱਤੇ ਭਰੋਸਾ ਰੱਖਣਾ ਪਵੇਗਾ ਅਤੇ ਉਹ ਪਰਮ ਪਿਤਾ ਪਰਮਾਤਮਾ ਦੇ ਉੱਤੇ ਵਿਸ਼ਵਾਸ, ਦੋਵੇਂ ਹੀ ਕੋਲ ਹੋਣ ਤਾਂ ਅਸੀਂ ਹਰ ਮੁਸ਼ਕਲ ਦੇ ਨਾਲ, ਹਰ ਪਰੇਸ਼ਾਨੀ ਦੇ ਨਾਲ ਲੜ ਸਕਦੇ ਹਾਂ, ਉਹਦੇ ਵਿੱਚੋਂ ਬਾਹਰ ਆ ਸਕਦੇ ਹਾਂ। ਤਾਂ ਡਟ ਕੇ ਰਹਿਣਾ ਹੈ, ਕਦੇ ਵੀ ਡੋਲਣਾ ਨਹੀਂ ਆ, ਹਿੰਮਤ ਹਾਰ ਕੇ ਨਹੀਂ ਬੈਠਣਾ। ਆਪਾਂ ਸਭ ਕੁਝ ਕਰ ਸਕਦੇ ਹਾਂ, ਵਾਹਿਗੁਰੂ ਜੀ ਨੇ ਸਾਨੂੰ ਬਹੁਤ ਸ਼ਕਤੀਆਂ ਦਿੱਤੀਆਂ ਨੇ। ਜਦੋਂ ਸੋਹਣਾ ਸਰੀਰ ਦੇ ਦਿੱਤਾ ਫਿਰ ਬਾਕੀ ਕੀ ਰੱਖਿਆ? ਇਹ ਸਰੀਰ ਸਾਨੂੰ ਇਸੇ ਕਰਕੇ ਦਿੱਤਾ ਗਿਆ ਹੈ ਨਾ ਕਿ ਅਸੀਂ ਸਰੀਰ ਤੋਂ ਚੰਗੇ ਕੰਮ ਕਰਾ ਸਕੀਏ, ਆਪਣੇ ਲਈ, ਆਪਣਿਆਂ ਦੇ ਲਈ ਕੁਝ ਕਰ ਸਕੀਏ। ਤਾਂ ਕਦੇ ਵੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ, ਕਦੇ ਵੀ ਆਪਣੇ ਨਾਲ ਹੋਏ ਮਾੜੇ ਦਾ ਜਾਂ ਆਪਣੀ ਨਾਕਾਮ ਜਾਪੀ ਦਾ ਇਲਜ਼ਾਮ ਦੂਜਿਆਂ ਦੇ ਸਿਰ ਨਹੀਂ ਲਾਉਣਾ, ਅਤੇ ਨਾ ਹੀ ਦੁੱਖ ਦੀ ਘੜੀ ਦੇ ਵਿੱਚ, ਚਿੰਤਾ ਦੀ ਘੜੀ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਕੋਈ ਕਰਮ ਕਾਂਡ ਕਰਨੇ ਆ। ਕਿਉਂਕਿ ਕੁਝ ਲੋਕ ਦੁੱਖ ਦੀ ਘੜੀ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਕਰ ਲੈਂਦੇ ਆ ਵੀ ਸਾਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ, ਫਿਰ ਉਸੇ ਹੀ ਤਰੀਕੇ ਦੇ ਨਾਲ ਉਹਨਾਂ ਦਾ ਹੱਲ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਜੇਕਰ ਸਾਡੇ ਕੰਮਾਂ ਕਾਰਾਂ ਨੂੰ ਕਿਸੇ ਨੇ ਨਜ਼ਰ ਲਾਈ ਆ, ਸਾਡੇ ਉੱਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ, ਤਾਂ ਫਿਰ ਉਹ ਵੀ ਅੱਗੋਂ ਜਾਦੂ ਟੂਣੇ ਜੰਤਰ ਮੰਤਰ ਕਰਨੇ ਸ਼ੁਰੂ ਕਰ ਦਿੰਦੇ ਆ। ਪਰ ਨਾ ਜੀ, ਇਹ ਜਾਦੂ ਟੂਣੇ ਜੰਤਰਾਂ ਮੰਤਰਾਂ ਦੇ ਨਾਲ ਕੁਝ ਨਹੀਂ ਹੁੰਦਾ। ਜੋ ਵੀ ਕਰਨਾ ਹੈ ਨਾ ਆਪਣੇ ਲਈ, ਉਹ ਸਾਨੂੰ ਖੁਦ ਨੂੰ ਕਰਨਾ ਪੈਣਾ ਹੈ, ਆਪਣੇ ਹੱਥੀਂ ਮਿਹਨਤ ਕਰਨੀ ਪੈਣੀ ਆ, ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਤਾਂ ਇਹ ਗਿਆਨ, ਇਹ ਜਾਣਕਾਰੀ ਸਾਡੇ ਕੋਲ ਹੋਵੇ ਤਾਂ ਅਸੀਂ ਕਦੀ ਵੀ ਨਾ ਕਾਮਯਾਬ ਨਿਰਾਸ਼ ਨਹੀਂ ਹੋਵਾਂਗੇ, ਕਦੇ ਵੀ ਗਲਤ ਰਾਹ 'ਤੇ ਨਹੀਂ ਪਵਾਂਗੇ। ਬਸ ਇਹ ਗੱਲਾਂ ਯਾਦ ਰੱਖਣੀਆਂ ਨੇ ਕਿ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ। ਜੇ ਸਾਡਾ ਮਨ ਤੰਦਰੁਸਤ ਨਰੋਆ ਹੈ, ਸਾਡਾ ਮਨ ਖੁਸ਼ ਆ, ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਕਰ ਸਕਦੇ ਹਾਂ। ਆਪਣੇ ਮਨ ਦੇ ਉੱਤੇ ਕੰਟਰੋਲ ਰੱਖੋ, ਮਨ ਨੂੰ ਵਸ ਵਿੱਚ ਕਰੋ, ਮਨ ਦੇ ਵਿੱਚ ਚੰਗੇ ਚੰਗੇ ਵਿਚਾਰ ਭਰੋ, ਚੰਗਾ ਸੋਚੋ ਤਾਂ ਚੰਗਾ ਹੀ ਹੋਵੇਗਾ। ਆਪਣੇ ਪਰਮ ਪਿਤਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖੋ, ਆਪਣੇ ਮਨ ਦੇ ਵਿੱਚ ਗੁਰੂ ਦਾ ਗਿਆਨ ਭਰੋ, ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਹੀ ਸਾਡੇ ਮਨ ਨੂੰ ਮਜ਼ਬੂਤ ਬਣਾਉਂਦਾ ਹੈ, ਸਾਡੇ ਮਨ ਨੂੰ ਸ਼ਾਂਤ ਰੱਖਦਾ ਹੈ, ਸਾਡੇ ਮਨ ਨੂੰ ਸਹੀ ਰਾਹ ਦਿਖਾਉਂਦਾ ਹੈ।